ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਕਿ ਲੱਖਾਂ ਨਹੀਂ ਕਰੋੜਾਂ ਅਰਦਾਸਾਂ ਰੋਜ਼ ਹੁੰਦੀਆਂ ਸੀ ਵਿਦੇਸ਼ਾਂ 'ਚ ਉਰੇ ਕਰ ਰੋਜ਼, ਅਤੇ ਉਹ ਕਰਤਾਰਪੁਰ ਸਾਹਿਬ ਲਾਂਘਾ ਕਿਹਨਾਂ ਨੇ ਖੋਲ੍ਹਿਆ? ਮੋਦੀ ਸਰਕਾਰ ਨੇ ਖੋਲ੍ਹਿਆ। ਜੇ ਗੱਲ ਕਰੀਏ, ਮੈਂ ਹੁਣੀ ਦੇਖ ਰਿਹਾ ਸੀ ਸਾਹਿਬਜ਼ਾਦਿਆਂ ਦੇ ਨਾਂ 'ਤੇ ਬੇਮਿਸਾਲ ਉਦੋਂ ਵੱਡੀ ਕੁਰਬਾਨੀਓ ਹੀ ਨਹੀਂ ਕੋਈ। ਵੀਰ ਬਾਲ ਦਿਵਸ ਕਿਸੇ ਨੇ ਕਦੇ ਨਹੀਂ ਸੋਚਿਆ ਸੀ, ਅਤੇ ਕਿਹਨੇ ਸੋਚਿਆ? ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਬੀਜੇਪੀ ਸਰਕਾਰ ਨੇ ਸੋਚਿਆ। ਉਦੋਂ ਬਾਅਦ 550 ਸਾਲਾਂ ਗੁਰੂ ਨਾਨਕ ਦੇਵ ਜੀ, 350 ਸਾਲਾਂ ਗੁਰੂ ਗੋਬਿੰਦ ਸਿੰਘ ਜੀ, 400 ਸਾਲਾਂ ਗੁਰੂ ਤੇਗ ਬਹਾਦਰ ਜੀ, ਚਾਹੇ ਬਿਹਾਰ ਦੀ ਗੱਲ ਹੋਵੇ। ਮੈਂ ਕਹਿੰਦਾ ਹਜ਼ਾਰਾਂ ਕਰੋੜ, ਦੇਖੋ ਮੈਂ ਕੁਛ ਦਿਨ ਪਹਿਲਾਂ ਜਾ ਕੇ ਆਇਆ, ਉੱਥੇ ਕੁਛ ਕੰਮ ਹੋ ਰਿਹਾ, ਉੱਥੇ ਕੋਈ ਗੁਰਦੁਆਰਾ ਸਾਹਿਬ ਲਈ ਫਲਾਈਓਵਰ ਬਣ ਰਹੇ ਆ, ਕੋਈ ਪੁਲ ਬਣ ਰਹੇ ਆ, ਇਕੱਲੇ ਅਤੇ ਕਿਹਨੇ, ਮੈਂ ਹੁਣੇ ਪੜ੍ਹ ਰਿਹਾ ਸੀ ਕਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਸ ਇੱਜ਼ਤ ਮਾਨ ਨਾਲ, ਕੈਬਨਿਟ ਮੰਤਰੀ ਗਏ ਅਫਗਾਨਿਸਤਾਨ ਤੋਂ ਜਦੋਂ ਉਹ ਸਰੂਪ ਆਏ, ਅਤੇ ਕਿਸ ਸ਼ਾਨ ਨਾਲ, ਮਾਣ ਵਧਿਆ ਸਾਡਾ। ਜੇ ਦਰਬਾਰ ਸਾਹਿਬ ਦੀ ਗੱਲ ਕਰੀਏ ਤਾਂ ਬਾਹਰੋਂ ਉੱਥੇ ਬੜੀ ਲੋਕ ਚੜਾਵਾ ਚੜਾਉਂਦੇ ਆ, FCRA ਉਹਨੂੰ ਰਜਿਸਟ੍ਰੇਸ਼ਨ ਗੁਰੂ ਹਰਿਮੰਦਰ ਸਾਹਿਬ ਦੀ, ਵੀ ਜਿਹੜੀ ਬਾਹਰ ਦੀ ਸੰਗਤ ਆ ਉਹ ਡੋਨੇਸ਼ਨ ਆ ਜਿਹੜੀ ਦੇ ਸਕੇ, ਉਹ ਬੜਾ ਸੌਖਾ ਕੀਤਾ। ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਕਿ ਲੱਖਾਂ ਨਹੀਂ ਕਰੋੜਾਂ ਅਰਦਾਸਾਂ ਰੋਜ਼ ਹੁੰਦੀਆਂ ਸੀ ਵਿਦੇਸ਼ਾਂ 'ਚ ਉਰੇ ਰੋਜ਼, ਅਤੇ ਉਹ ਕਰਤਾਰਪੁਰ ਸਾਹਿਬ ਲਾਂਘਾ ਕਿਹਨਾਂ ਨੇ ਖੋਲ੍ਹਿਆ? ਮੋਦੀ ਸਰਕਾਰ ਨੇ ਖੋਲ੍ਹਿਆ। ਜੇ ਗੱਲ ਕਰੀਏ, ਮੈਂ ਹੁਣੀ ਦੇਖ ਰਿਹਾ ਸੀ ਸਾਹਿਬਜ਼ਾਦਿਆਂ ਦੇ ਨਾਂ 'ਤੇ ਬੇਮਿਸਾਲ ਉਦੋਂ ਵੱਡੀ ਕੁਰਬਾਨੀਓ ਹੀ ਨਹੀਂ ਕੋਈ। ਵੀਰ ਬਾਲ ਦਿਵਸ ਕਿਸੇ ਨੇ ਕਦੇ ਨਹੀਂ ਸੋਚਿਆ ਸੀ, ਅਤੇ ਕਿਹਨੇ ਸੋਚਿਆ? ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਬੀਜੇਪੀ ਸਰਕਾਰ ਨੇ ਸੋਚਿਆ। ਉਦੋਂ ਬਾਅਦ 550 ਸਾਲਾਂ ਗੁਰੂ ਨਾਨਕ ਦੇਵ ਜੀ, 350 ਸਾਲਾਂ ਗੁਰੂ ਗੋਬਿੰਦ ਸਿੰਘ ਜੀ, 400 ਸਾਲਾਂ ਗੁਰੂ ਤੇਗ ਬਹਾਦਰ ਜੀ, ਚਾਹੇ ਬਿਹਾਰ ਦੀ ਗੱਲ ਹੋਵੇ। ਮੈਂ ਕਹਿੰਦਾ ਹਜ਼ਾਰਾਂ ਕਰੋੜ, ਦੇਖੋ ਮੈਂ ਕੁਛ ਦਿਨ ਪਹਿਲਾਂ ਜਾ ਕੇ ਆਇਆ, ਉੱਥੇ ਕੁਛ ਕੰਮ ਹੋ ਰਿਹਾ, ਉੱਥੇ ਕੋਈ ਗੁਰਦੁਆਰਾ ਸਾਹਿਬ ਲਈ ਫਲਾਈਓਵਰ ਬਣ ਰਹੇ ਆ, ਕੋਈ ਪੁਲ ਬਣ ਰਹੇ ਆ, ਇਕੱਲੇ ਅਤੇ ਕਿਹਨੇ, ਮੈਂ ਹੁਣੇ ਪੜ੍ਹ ਰਿਹਾ ਸੀ ਕਿਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਸ ਇੱਜ਼ਤ ਮਾਨ ਨਾਲ, ਕੈਬਨਿਟ ਮੰਤਰੀ ਗਏ ਅਫਗਾਨਿਸਤਾਨ ਤੋਂ ਜਦੋਂ ਉਹ ਸਰੂਪ ਆਏ, ਅਤੇ ਕਿਸ ਸ਼ਾਨ ਨਾਲ, ਮਾਣ ਵਧਿਆ ਸਾਡਾ। ਜੇ ਦਰਬਾਰ ਸਾਹਿਬ ਦੀ ਗੱਲ ਕਰੀਏ ਤਾਂ ਬਾਹਰੋਂ ਉੱਥੇ ਬੜੀ ਲੋਕ ਚੜਾਵਾ ਚੜਾਉਂਦੇ ਆ, FCRA ਉਹਨੂੰ ਰਜਿਸਟ੍ਰੇਸ਼ਨ ਗੁਰੂ ਹਰਿਮੰਦਰ ਸਾਹਿਬ ਦੀ, ਵੀ ਜਿਹੜੀ ਬਾਹਰ ਦੀ ਸੰਗਤ ਆ ਉਹ ਡੋਨੇਸ਼ਨ ਆ ਜਿਹੜੀ ਦੇ ਸਕੇ, ਉਹ ਬੜਾ ਸੌਖਾ ਕੀਤਾ।